ਸਿਆਕਾਲ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਅਨੂਜਾ ਕਸ਼ਯਪ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਹਨ। ਪੰਜਾਬ ਵਿੱਚ ਇੱਕ RSS ਨੇਤਾ ਦੇ ਕਤਲ ਵਿੱਚ 15 ਆਰੋਪੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ 106 ਪੁਲਿਸ ਟੌਰਚਰ ਪੀੜਤਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ। ਭਾਰਤ ਵਿੱਚ ਕਸ਼ਮੀਰ ਵਾਇਲੈਂਸ ਵਿੱਚ 3 ਅੱਤਵਾਦੀ ਮਾਰੇ ਗਏ ਹਨ ਅਤੇ PM ਨਰਿੰਦਰ ਮੋਦੀ ਨੇ ਕਾਂਗਰਸ ਨੂੰ JDS ਦੇ ਨਾਲ ਗੁਪਤ ਅਲਾਈਅੰਸ ਬਣਾਉਣ ਦਾ ਆਰੋਪ ਲਗਾਇਆ ਹੈ। ਕੈਨੇਡਾ ਵਿੱਚ ਭਾਰਤ ਦੇ NIA ਨੇ ਕੈਨੇਡਾ ਆਧਾਰਿਤ ਖਾਲਿਸਤਾਨੀ ਅੱਤਵਾਦੀ ਦੇ ਖਿਲਾਫ FIR ਦਰਜ ਕੀਤੀ ਹੈ ਅਤੇ ਕੰਜ਼ਰਵੇਟਿਵ ਲੀਡਰ ਸ਼ੇਰ ਨੇ ਪਾਈਪਲਾਈਨ ਦੇ ਲਈ ਟੈਕਸ ਪੇਅਰਸ ਦੇ ਪੈਸਿਆਂ ਦਾ ਇਸਤੇਮਾਲ ਕਰਨ ਦੇ ਖਿਲਾਫ ਚੇਤਾਵਨੀ ਦਿੱਤੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। NIA ਨੇ RSS ਲੀਡਰ ਰਵਿੰਦਰ ਗੋਸੈਨ ਦੇ ਕਤਲ ਵਿੱਚ 15 ਆਰੋਪੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਉਹਨਾਂ ਨੂੰ ਪਿਛਲੇ ਸਾਲ 17 ਅਕਤੂਬਰ ਨੂੰ ਲੁਧਿਆਣਾ ਵਿੱਚ ਆਪਣੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੀਨੀਅਰ ਲੀਡਰ ਦੁਆਰਾ ਗੋਸੈਨ ਦਾ ਕਤਲ ਇੱਕ ਟਰਾਂਸਨੈਸ਼ਨਲ ਕਾਂਸਪੀਰੇਸੀ ਦਾ ਹਿੱਸਾ ਸੀ। ਡਿਸਟ੍ਰਿਕਟ ਪ੍ਰਸ਼ਾਸਨ ਨੇ ਕੁਝ 106 ਪਰਿਵਾਰਾਂ ਨੂੰ ਵਧਾਏ ਗਏ ਮੁਆਵਜ਼ੇ ਨੂੰ ਵਿਤਰਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਸਾਥੀਆਂ ਨੂੰ ਕਥਿਤ ਤੌਰ ਤੇ ਅਪਹਰਣ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਦੇ ਨਾਲ ਨਾਲ ਹੋਰ ਸੁਰੱਖਿਆ ਏਜੰਸੀਆਂ ਨੇ ਕਥਿਤ ਰੂਪ ਤੋਂ ਅੱਤਵਾਦ ਦੇ ਦਿਨਾਂ ਦੇ ਦੌਰਾਨ ਕੁਝ ਲੋਕਾਂ ਤੇ ਅਤਿਆਚਾਰ ਕੀਤੇ ਸੀ। ਸਟੇਟ ਪ੍ਰੈਜ਼ੀਡੈਂਟ ਆਫ ਨੈਸ਼ਨਲ ਸਕੈਡਿਊਲ ਕਾਸਟ ਅਲਾਈਅੰਸ ਪਰਮਜੀਤ ਸਿੰਘ ਕੈਂਟ ਨੇ ਆਰੋਪ ਲਾਇਆ ਹੈ ਕਿ BJP ਦਲਿਤਾਂ ਦੇ ਖਿਲਾਫ ਅਤਿਆਚਾਰਾਂ ਤੇ ਚੁੱਪ ਸੀ। ਬਿਆਨ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ SC/ST ਐਟਰੋਸਿਟੀਜ਼ ਐਕਟ ਦੇ ਕੁਝ ਪ੍ਰੋਵਿੰਸਸ ਨੂੰ ਕਥਿਤ ਰੂਪ ਤੋਂ ਡਾਇਲੂਟ ਕਰ ਦਿੱਤਾ ਸੀ। ਸਾਬਕਾ ਫਾਈਨੈਂਸ ਮਿਨਿਸਟਰ ਪਰਮਿੰਦਰ ਧਿੰਸਾ ਨੇ ਆਰੋਪ ਲਾਇਆ ਹੈ ਕਿ ਕਾਂਗਰਸ ਸਰਕਾਰ ਰਾਜਨੀਤਿਕ ਸਕੋਰ ਨੂੰ ਸੁਲਝਾਉਣ ਦੇ ਲਈ ਪੁਲਿਸ ਦਾ ਇਸਤੇਮਾਲ ਕਰ ਰਹੀ ਹੈ। ਇਸ ਤੋਂ ਪਹਿਲੇ CM ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਹੋਰ ਰਾਜਨੇਤਾਵਾਂ ਤੇ ਰਾਜਨੀਤਿਕ ਦਲਾਂ ਤੋਂ ਨਿਪਟਣ ਦੇ ਦੌਰਾਨ ਸਰਕਾਰ ਵਿਦਰੋਹ ਦਾ ਸਹਾਰਾ ਨਹੀਂ ਲਏਗੀ। SED ਅਤੇ BJP ਦੇ ਇੱਕ ਡੈਲੀਗੇਸ਼ਨ ਨੇ ਪੰਜਾਬ ਦੇ ਗਵਰਨਰ VP ਸਿੰਘ ਬਦਨੌਰ ਤੋਂ ਕਾਂਗਰਸ ਸਰਕਾਰ ਨੂੰ ਸਿੱਖ ਇਤਿਹਾਸ ਦੀ ਹੱਤਿਆ ਤੋਂ ਰੋਕਣ ਦੇ ਲਈ ਬੇਨਤੀ ਕੀਤੀ ਹੈ। SED ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ ਅਤੇ ਸਟੇਟ BJP ਚੀਫ ਸ਼ਵੇਤ ਮਲਿਕ ਨੇ ਮੰਗ ਕੀਤੀ ਹੈ ਕਿ ਰਾਜ ਕਲਾਸ 12ਵੀਂ ਵਿੱਚ ਪੰਜਾਬ ਅਤੇ ਸਿੱਖ ਇਤਿਹਾਸ ਦੀ ਟੀਚਿੰਗ ਨੂੰ ਫਿਰ ਤੋਂ ਸ਼ੁਰੂ ਕਰੇਗਾ। ਸਟੇਟ ਕਾਂਗਰਸ ਲੀਡਰਸ਼ਿਪ ਨੇ ਆਪਣੇ ਖਿਲਾਫ ਕਥਿਤ ਅਵੈਧ ਮਾਈਨਿੰਗ ਦੇ ਹਾਲ ਹੀ ਵਿੱਚ ਆਰੋਪਾਂ ਦੇ ਬਾਵਜੂਦ ਸ਼ਾਹਕੋਟ ਦੇ ਉਮੀਦਵਾਰ ਹਰਦੇਵ ਸਿੰਘ ਲੱਡੀ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। PPCC ਚੀਫ ਸੁਨੀਲ ਝਾਕਰ ਨੇ ਕਿਹਾ ਹੈ ਕਿ ਉਮੀਦਵਾਰ ਨੂੰ ਉਸ ਸ਼ਿਕਾਇਤ ਦੇ ਆਧਾਰ ਤੇ ਬਦਲਣ ਦਾ ਕੋਈ ਮੌਕਾ ਨਹੀਂ ਸੀ ਜਿਸ ਨੂੰ ਅਜੇ ਵੀ ਵੈਰੀਫਾਈ ਕੀਤਾ ਜਾਣਾ ਸੀ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਆਰੋਪ ਲਾਇਆ ਹੈ ਕਿ ਪੂਰੀ ਪੁਲਿਸ ਅਤੇ ਸਰਕਾਰੀ ਮੈਕਨਿਜ਼ਮ ਕਾਂਗਰਸ ਦੇ ਸ਼ਾਹਕੋਟ ਉਮੀਦਵਾਰ ਹਰਦੇਵ ਸਿੰਘ ਲੱਡੀ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਹਨ। ਖਹਿਰਾ ਨੇ ਕਿਹਾ ਹੈ ਕਿ ਜਦ ਲੱਡੀ ਅਵੈਧ ਮਾਈਨਿੰਗ ਆਰੋਪ ਤੇ ਬੁੱਕ ਕੀਤੇ ਗਏ ਸੀ ਤਦ ਹੀ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਦੇ ਕੋ ਕਨਵੈਨਰ ਅਮਨ ਅਰੋੜਾ ਨੇ CM ਅਮਰਿੰਦਰ ਸਿੰਘ ਤੇ ਹਾਊਸ ਦੇ ਫਲੋਰ 'ਚ ਝੂਠ ਬੋਲਣ ਦਾ ਆਰੋਪ ਲਾਇਆ ਹੈ, ਜਦਕਿ 32 ਗ੍ਰੇਨ ਬਾਜ਼ਾਰਾਂ ਵਿੱਚ ਕਿਸਾਨਾਂ ਦੇ ਲਈ ਮੁਫਤ ਵੇ ਬ੍ਰਿਜਸ ਦਾ ਦਾਅਵਾ ਕੀਤਾ ਗਿਆ ਸੀ। ਐਕਟੀਵਿਸਟ ਰਾਜੇਸ਼ ਅਗਰਵਾਲ ਦੁਆਰਾ RTI ਐਕਟ ਹੇਠ ਮਿਲੇ ਦਸਤਾਵੇਜ਼ਾਂ ਨੂੰ ਜਾਰੀ ਕਰਦੇ ਹੋਏ ਅਰੋੜਾ ਨੇ ਕਿਹਾ ਹੈ ਕਿ 32 ਵੇ ਬ੍ਰਿਜਸ ਵਿੱਚੋਂ ਕੋਈ ਵੀ ਕੰਮ ਨਹੀਂ ਕਰ ਰਿਹਾ ਸੀ। SED BJP ਸ਼ਾਸਨ ਦੇ ਪਿਛਲੇ 2 ਸਾਲਾਂ ਵਿੱਚ ਸਰਕਾਰ ਨੇ ਰਾਜ ਭਰ ਵਿੱਚ ਡਰੱਗ ਡੀ ਐਡਿਕਸ਼ਨ ਅਤੇ ਰੀਹੈਬਿਲੀਟੇਸ਼ਨ ਕੇਂਦਰਾਵਾਂ ਦੀ ਇੱਕ ਸ਼ੰਖਲਾ ਬਣਾਉਣ ਦੇ ਲਈ 100 ਕਰੋੜ ਰੁਪਏ ਖਰਚ ਕੀਤੇ। ਹਾਲਾਂਕਿ ਹੋਰ ਮਰੀਜ਼ਾਂ ਨੂੰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਹ ਕੇਂਦਰ ਘੱਟ ਮਰੀਜ਼ਾਂ ਦੇ ਨਾਲ ਹੀ ਭੂਤ ਭਵਨ ਬਣ ਗਿਆ ਹੈ। ਇੱਕ ਹੋਰ ਸਾਲ ਮਾਰਟੀਜ਼ ਮੈਮੋਰੀਅਲ ਦੇ ਲਈ ਇੱਕ ਵੀ ਇੱਟ ਨਹੀਂ ਰੱਖਣ ਤੋਂ ਬੀਤ ਗਿਆ ਜੋ ਮੈਂ ਭਾਗੋ ਅਤੇ 40 ਮੁਕਤਾਜ਼ ਨੂੰ ਸਮਰਪਿਤ ਹੈ। SJPC ਨੇ 4 ਮਈ 2005 ਨੂੰ 13 ਸਾਲ ਪਹਿਲਾਂ ਮੈਮੋਰੀਅਲ ਦੇ ਲਈ ਫਾਊਂਡੇਸ਼ਨ ਪੱਥਰ ਰੱਖਿਆ ਸੀ, ਲੇਕਿਨ ਤਦ ਉਹ ਇਹ ਪ੍ਰੋਜੈਕਟ ਇਨਕੰਪਲੀਟ ਰਹਿਣ ਦਿੱਤਾ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਚੱਲ ਵਾਪਸ ਆਵਾਂਗੇ। ਕਰੋਲ ਬਾਗ ਜਵੈਲਰਸ, ਗਹਿਣਿਆਂ ਦੇ ਲੇਟੈਸਟ ਡਿਜ਼ਾਈਨ ਲਈ ਪਹਿਲੀ ਚੁਆਇਸ। ਸੋਨੇ ਅਤੇ ਹੀਰੇ ਦੇ ਸੈੱਟ, ਚੂੜੀਆਂ ਅਤੇ ਕੜੇ, ਚੇਨ, ਜੜਾਊ ਸੈੱਟ ਅਤੇ ਹੋਰ ਵੀ ਕਈ ਗਹਿਣਿਆਂ ਤੇ ਸਪੈਸ਼ਲ ਡਿਸਕਾਊਂਟ। ਸਭ ਤੋਂ ਵੱਡੀ ਚੁਆਇਸ, ਬਿਹਤਰੀਨ ਸਰਵਿਸ ਅਤੇ ਸਭ ਤੋਂ ਵਾਜਿਬ ਰੇਟਾਂ ਲਈ ਆਓ ਕਰੋਲ ਬਾਗ ਜਵੈਲਰਸ ਅਤੇ ਰੂਪ ਜਵੈਲਰਸ। ਕਰੋਲ ਬਾਗ ਜਵੈਲਰਸ, 1098 ਪੀਟਰ ਰੋਬਰਟਸਨ ਬੁਲੇਵਾਰਡ, ਬ੍ਰੈਂਪਟਨ। ਰੂਪ ਜਵੈਲਰਸ, 503 ਰੇ ਲੋਸਨ ਬੁਲੇਵਾਰਡ, ਬ੍ਰੈਂਪਟਨ।
इंडियन टाइम्स डेली ते तुहाडा सारयां दा स्वागत है। भारत दीआं 10 मुख खबरां हन। कश्मीर वैली विच वायलेंस विच 3 अतवादी, 3 नागरिक अते 1 पुलिसमैन मारे गए हन। ओल्ड श्रीनगर नेबरहुड विच गन फाइट साइट दे कोल विरोध प्रदर्शन दे बाद अधिकारियों ने सख्त रिस्ट्रिक्शन लगाए अते मोबाइल फोन इंटरनेट सेवावां नूं तोड़ दिता। प्राइम मिनिस्टर नरेंद्र मोदी ने अगले हफ्ते दे असेंबली चुनावों तो पहला एच डी देव गौड़ा दे JSD दे नाल गुप्त अलायंस विच प्रवेश करन दा आरोप लाया है। उन्होंने कहा है कि ए गौड़ा दी पार्टी दे समर्थन दे नाल सी कि कांग्रेस दे बेंगलुरु विच मेयर सी। यूनियन होम मिनिस्टर राजनाथ सिंह ने कहा है कि कर्नाटका विच BJP सरकार सारी क्रॉप लोन्स नूं 1,00,000 रुपए तक छड़ देंगे। सिंह ने दावा किया है कि कर्नाटका विच कांग्रेस सरकार दे 5 साल दे शासन दे दौरान 3,800 तो ज़्यादा किसानों ने आत्महत्या की सी। नेशनल पैसेंजर कैरियर एयर इंडिया बंद हो सकता है जे इस दे चल रहे डीवेस्टमेंट प्रोग्राम एक्सप्रेस ऑफ इंटरेस्ट दस्तावेज विच निर्धारित टर्म्स अते कंडीशन दे वजह तो विफल हो जाते हैं। एविएशन कंसल्टिंग फर्म CAPA इंडिया दे हिसाब तो केंद्र सरकार दे लई डीवेस्टमेंट प्रोग्राम दे सफल होण दे लई लेबर अते डेथ दी कंडीशन विच सफलता पाना जरूरी है। कांग्रेस प्रेजिडेंट राहुल गांधी ने साबका MLA दानासारी अनासुईया नूं ऑल इंडिया महिला कांग्रेस दी जनरल सैक्रेटरी वजों नियुक्त किया है। अनासुईया तेलंगाना दी साबका MLA हन। RTI दे जवाब दे हिसाब तो गोवा चीफ मिनिस्टर मनोहर पारिकर इन्फेक्शन दे दर्द दी वजह तो सरकारी फाइल्स ते दस्तखत नहीं कर सकते हन। ओ वर्तमान विच US अस्पताल विच पैनक्रियाटिक कैंसर दे लई इलाज करा रहे हन। मामले विच एक जांच दी रिक्वेस्ट कीती गई है। बिहार CM नीतीश कुमार ने एक बुकलेट दे कवर पेज ते एक पाकिस्तानी कुड़ी दी तस्वीर दे अपीयरेंस दी जांच दा हुक्म दिता है जिसका उद्देश्य स्वच्छता नूं बढ़ावा देना है। जांच तो पता चलिया है कि एजुकेशन दे लई पाकिस्तान विच यूनिसेफ दे चेहरे दे रूप विच कुड़ी नूं प्रमोट किया जा रहा सी। उत्तराखंड विच 700 तो ज़्यादा पिंडां नूं छड्ड दिता गया है अते पिछले 10 सालां विच 3.83 लाख तो ज़्यादा लोकां ने अपने पिंडां नूं छड्ड दिता है जिन्हां विचों अद्धे लाइवलीहुड दी तलाश विच बाहर जा रहे हैं। हालांकि माइग्रेटिंग पॉपुलेशन दे 70% राज्य दे एक हिस्से तो दूसरे स्थान ते चले गए हैं अते इस दे बाहर नहीं। बैडमिंटन एसोसिएशन ऑफ इंडिया ने पिछले महीने ऑस्ट्रेलिया दे गोल्ड कोस्ट विच आयोजित कॉमनवेल्थ गेम्स दे पदक विजेतावां नूं 1.30 करोड़ रुपए दे कैश प्राइज दिते हैं। जिस टीम ने मिक्स टीम इवेंट विच भारत दा पहला गोल्ड मैडल जीत के इतिहास बनाया सी उसनूं 50,00,000 रुपए दा चैक दे नाल सम्मानित किया गया सी। फिल्म मेकर करण जौहर जो अपने मराठी डेब्यू प्रोडक्शन बकेट लिस्ट रिलीज़ दे लई तैयार है। फिल्म अते इस दी मुख्य अदाकारा माधुरी दीक्षित नैने दे लई भाग्यशाली होने की उम्मीद करते हैं। उन्होंने कहा है कि यह फिल्म ट्रू ब्लू एंटरटेनर विद अ सॉलिड हार्ट है। साढ़े नाल जुड़े रहो दोस्तों, असी कैनेडा दीआं महत्वपूर्ण खबरां दे नाल चल वापस आवांगे। Get the mortgage that's best for you from Abdul Kaiser, Principal Broker of Ingenious Mortgages. We offer first and second mortgages and refinancing. We deal with multiple lenders. We also conduct the REMIC course and exam to become a mortgage agent in just 1 week at our location. Call us at 416-887-9196 or log on to www.ingeniousmortgages.ca. IndianTimesDaily.com ते थोड़ा सारे आदर फिर तो स्वागत है। कनाडा दिया 10 मुख्य खबर हैं। भारत की नैशनल इन्वेस्टिगेशन एजेंसी ने हरदीप सिंह निज्जर के खिलाफ FIR दर्ज की है जिसनों कैनेडा में आधारित टॉप बब्बर खालसा इंटरनेशनल मिलिटेंट होने का आरोप है। निज्जर हाल ही में RCMP द्वारा गिरफ्तार किया गया सी अते बिना किसी चार्जिज के 24 घंटे के अंदर रिलीज कर दिया गया सी। कंजरवेटिव लीडर एंड्रयू शीर ने ट्रांस माउंटेन पाइपलाइन के विस्तार को पिछे छड़न के लिए फैडरल अते अल्बर्टा सरकारों द्वारा टैक्सपेयर्स के पैसों के पोटेंशियल इस्तेमाल के लाल झंडा उठाया है। शेयर सिचुएशन नू एब्जर्ड कह रहा है क्योंकि ए एक निजी कंपनी दे लई एक पोटेंशियल सरकारी सब्सिडी दे लई समर्पित है। साबका प्रोग्रेसिव कंजर्वेटिव MP पॉल डिक दी 77 साल दी उम्र विच दिल दा दौरा पैण ते मौत हो गई। पॉल नू पहली बार हाउस ऑफ कॉमन्स दे लई 1972 विच चुनिया गया सी अते उन्हां नू 5 बार फिर तो नियुक्त किया गया सी। उन्होंने कॉमन्स विच 21 साल बिताए अते 1993 दे चुनावों विच फिर हार गए। फेडरल अते ओंटेरियो सरकार दो टोयोटा कैनेडा मैन्युफैक्चरिंग प्लांट्स विच 1.4 बिलियन डॉलर दे अपग्रेड की तरफ 220 मिलियन डॉलर कंबाइन ग्रुप विच पिच करेगी। वुडस्टॉक ओंटेरियो विच एक सुविधा दे नाल कैम्ब्रिज विच टोयोटा दा अपग्रेड दिखेगा। निवेश तो 450 नवी नौकरियां अते 1,000 नवी सहकारी नौकरियां पैदा करन दी उम्मीद है।
ਫੈਡਰਲ ਸਰਕਾਰ ਸਾਰੀ ਕੰਪਨੀਆਂ ਨੂੰ ਤੁਰੰਤ ਨਵੀਂ ਇਕੁਇਪਮੈਂਟ ਖਰੀਦ ਲਿਖਣ ਦੀ ਇਜਾਜ਼ਤ ਦੇ ਕੇ ਕਾਰਪੋਰੇਟ ਟੈਕਸਿਸ ਕੱਟਣ ਦੇ ਪ੍ਰਾਈਸੀ ਕਦਮ ਤੋਂ ਬਚ ਸਕਦੀ ਹੈ। ਯੂਐਸ ਟੈਕਸ ਓਵਰਹੌਲ ਦਾ ਜਵਾਬ ਦੇਣ ਦੇ ਲਈ ਲਿਬਰਲ ਸਰਕਾਰ ਕਾਰਪੋਰੇਟ ਕੈਨੇਡਾ ਤੋਂ ਦਬਾਅ ਵਿੱਚ ਰਹੀ ਹੈ ਕਿ ਕਈ ਡਰ ਵਪਾਰ ਨਿਵੇਸ਼ ਨੂੰ ਲੁਕਾ ਸਕਦੇ ਹਨ। ਅਲਬਰਟਾ ਪ੍ਰੈਮੀਅਰ ਰੇਚਲ ਨੋਟਲੀ ਦੇ ਖਿਲਾਫ਼ ਮੌਤ ਦੀ ਧਮਕੀ ਦੇ ਬਾਅਦ ਪੀਐਮ ਜਸਟਿਨ ਟਰੂਡੋ ਨੇ ਹੇਟਫੁੱਲ ਰਿਟੋਰਿਕ ਨੂੰ ਗੁੱਸਾ ਕੀਤਾ ਹੈ। ਟਰੂਡੋ ਨੇ ਸੈਕਸਿਸਟ ਹਰਾਸਮੈਂਟ ਨੂੰ ਡਿਸਕਰੇਜ ਕਰਨ ਦੇ ਲਈ ਆਪਣੀ ਸਰਕਾਰ ਦੀ ਪਾਲਿਸੀ ਪ੍ਰਿਆਸਾ ਦੀ ਵੀ ਤਰਫ ਇਸ਼ਾਰਾ ਕੀਤਾ। ਐਨਵਾਇਰਮੈਂਟ ਮਿਨਿਸਟਰ ਕੈਥਰੀਨ ਮੈਕੈਨਾ ਨੇ ਸੋਸ਼ਲ ਮੀਡੀਆ 'ਤੇ ਖਤਰੇ ਭੇਜਣ ਵਾਲੇ ਟ੍ਰੋਲਸ ਤੋਂ ਨਿਪਟਣ ਦੇ ਬਾਰੇ ਵਿੱਚ ਟਵਿੱਟਰਸ ਤੋਂ ਗੱਲਬਾਤ ਕੀਤੀ। ਫੈਡਰਲ ਕੰਜ਼ਰਵੇਟਿਵਸ ਅਤੇ ਗ੍ਰੀਨ ਪਾਰਟੀ ਨੇ ਐਵਰੇਜ ਕੈਨੇਡੀਅਨ ਲੋਕਾਂ 'ਤੇ ਕਾਰਬਨ ਪ੍ਰਾਈਸਿੰਗ ਪਲਾਨ ਦਾ ਜ਼ਿਆਦਾ ਪ੍ਰਭਾਵ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਸੱਤਾ ਵਿੱਚ ਲਿਬਰਲ ਨੂੰ ਝਟਕਾ ਦਿੱਤਾ ਹੈ। ਫਾਈਨੈਂਸ ਮਿਨਿਸਟਰ ਬਿਲ ਮੋਰਨੂ ਨੇ ਪ੍ਰੋਵਿੰਸਿਸ ਵਿੱਚ ਪਾਲਿਸੀ ਲਾਗੂ ਕਰਨ ਦੇ ਬਾਅਦ ਸਪਟੈਂਬਰ ਤੱਕ ਡਿਟੇਲਸ ਭੇਜਣ ਤੋਂ ਇਨਕਾਰ ਕਰ ਦਿੱਤਾ। ਫੈਡਰਲ ਸਰਕਾਰ ਯੂਐਸ ਦੇ ਨਾਲ ਇੱਕ ਬਾਰਡਰ ਸਮਝੌਤੇ ਨੂੰ ਮਾਡਰਨਾਈਜ਼ ਕਰਨ ਦੀ ਸੰਭਾਵਨਾ ਦੇ ਲਈ ਖੁੱਲ੍ਹੀ ਹੈ, ਜੋ ਕੈਨੇਡਾ ਵਿੱਚ ਅਵੈਧ ਰੂਪ ਤੋਂ ਪਾਰ ਕਰਨ ਵਾਲੇ ਅਸਾਈਲਮ ਸੀਕਰਸ ਵਾਲਿਆਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਮਦਦ ਕਰੇਗੀ। ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਨੇ ਕਿਸੇ ਵੀ ਤਰ੍ਹਾਂ ਦੇ ਬਦਲਾਵਾਂ ਦਾ ਖੁਲਾਸਾ ਨਹੀਂ ਕੀਤਾ ਜਿਨ੍ਹਾਂ ਦਾ ਪਲਾਨ ਬਣਾਇਆ ਜਾ ਸਕਦਾ ਹੈ। ਕੈਨੇਡਾ ਅਤੇ ਪੋਰਚੁਗਲ ਨੇ ਇੱਕ ਨਵੀਂ ਬਾਇਲੇਟਰਲ ਯੂਥ ਮੋਬਿਲਿਟੀ ਅਰੇਂਜਮੈਂਟ 'ਤੇ ਦਸਤਖਤ ਕੀਤੇ ਹਨ, ਜੋ ਇੰਟਰਨੈਸ਼ਨਲ ਅਨੁਭਵ ਹਾਸਲ ਕਰਨ ਦੇ ਲਈ, ਕੰਮ ਕਰਨ ਅਤੇ ਯਾਤਰਾ ਕਰਨ ਦੇ ਲਈ 18 ਤੋਂ 35 ਸਾਲ ਦੇ ਦੋਨਾਂ ਦੇਸ਼ਾਂ ਦੇ ਯੁਵਾਵਾਂ ਨੂੰ ਬੜਾਵਾ ਦੇਗਾ। ਪੀਐਮ ਟਰੂਡੋ ਅਤੇ ਪੋਰਚੁਗਲ ਪੀਐਮ ਐਂਟੋਨੀਓ ਕੋਸਟਾ ਵਰਤਮਾਨ ਵਿੱਚ ਕਈ ਕੈਨੇਡੀਅਨ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ। ਕੈਨੇਡਾ ਦੇ ਸਾਬਕਾ ਯੂਐਸ ਅੰਬੈਸਡਰ ਬਰੂਸ ਹੇਮੈਨ ਨੇ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀਜ਼ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸ਼ਰਮਿੰਦਾ ਸੀ ਕਿ ਲੋਕ ਆਪਣੇ ਦੇਸ਼ ਤੋਂ ਭੱਜ ਰਹੇ ਹਨ। 2016 ਤੋਂ ਹਜ਼ਾਰੋਂ ਅਸਾਈਲਮ ਸੀਕਰਸ ਨੇ ਯੂਐਸ ਤੋਂ ਕੈਨੇਡਾ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਸਪ੍ਰਿੰਗ ਅਤੇ ਗਰਮੀਆਂ ਵਿੱਚ ਬਹੁਤਾ ਤੋਂ ਉਮੀਦ ਹੈ ਕਿਉਂਕਿ ਟਰੰਪ ਕੁਝ 60,000 ਹੋਂਡੂਰੈਂਸ ਨੂੰ ਡਿਪੋਰਟ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸੇ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ 'ਤੇ ਲੌਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਸ ਤੋਂ ਇਲਾਵਾ ਹੁਣ ਇਸ ਪੋਰਟਲ 'ਤੇ ਤੁਸੀਂ ਅਕਾਊਂਟਿੰਗ ਫਰਮ ਤੋਂ ਲੈ ਕੇ ਵੈਡਿੰਗ ਪਲਾਨਰ ਸਕਦੇ ਸਾਰੇ ਕੈਨੇਡੀਅਨ ਬਿਜ਼ਨਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ 'ਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ। Welcome to the Field Fresh Supermarket. One-stop shop for fresh vegetables, fruits, bakery products, Indian and Chinese grocery and much more. Visit us today at 5661 Steeles Avenue East in Scarborough, major intersection Steeles and Middlefield. Check out our weekly flyers. Field Fresh Supermarket, always fresh. Actress Mahira Khan will be at the 71st Cannes Film Festival later this month. The actor, who was named the first Pakistani brand ambassador for makeup giant L'Oreal last year, took to Instagram to share the news, Geo News reported. Mahira shared a photograph of Hollywood star Arnold at the 1977 Cannes and captioned it, "Cannes 2018, let's do this." She also took to Twitter and wrote, "My name is Cannes." Other celebrities attending the Cannes this year to represent L'Oreal Paris are Bollywood stars Deepika Padukone, Aishwarya Rai Bachchan and Sonam Kapoor. Indian actress Kangana Ranaut is also reported to be gearing up for her debut at Cannes this year. The 71st annual Cannes Film Festival is scheduled to be held from May 8 to May 19. Immigration Terminal, the specialist for visitor visa, student visa, business immigration, family sponsorship, work permits, PNP programs, live-in caregivers and LMIA applications. Highly experienced in cases involving criminal or medical admissibility and previously refused or misrepresentation cases. Call 416-675-5666 in Ontario or 778-927-3455 in BC. Email us at info@immigrationterminal.ca. Immigration Terminal, right consultants, right future. Bollywood star Ranveer Singh, who has topped a most desirable men list, feels flattered to be considerable for the title. He has topped the Times 50 most desirable men list of 2017, which has Prabhas, Virat Kohli, Hrithik Roshan and Siddharth Malhotra rounding off the top 5. Ranveer said in a statement, "I don't consider myself to be the best looking actor, but it is very flattering to be considered desirable. It's important for people to feel desirable for the sake of their self-confidence. I don't consider myself to be the best-looking actor. Also, I was an overweight kid till about class 9. In my head, I'm still that fat kid who gets no female attention. I will always be that fat kid because those years were my foundation years. I don't actively seek validation of my desirability from people, but it is most definitely welcome."
The winners who find a spot on this list are not chosen on the basis of their box office successes, but on the other attributes like good looks, personality and popularity. Scans Accounting. A team of highly professional accountants, we deliver quality and immeasurable assistance to our clients. For Canada audit assistance and your business loans, the only name you can trust. A professional accountant always makes a difference. For more information, call us at 416-741-0801 or visit us at scansaccountants.com.